80 तो 85 आ रही है ना वो आपस वैसे गठजोड़ कर लेन एक दूजे के ब्याह शादियां ते दुख सुख जाया कर उदे विच दो जज ने दिल्ली का पुलिस कमिश्नर है ते एक चीफ सेक्रेटरी दिल्ली का होम मिनिस्टर सतेंद्र जैन उदे विच उस कमेटी च जदों 2 मार्च नूं मीटिंग हुई सतेंद्र जैन ने कहा जी सेंटर सरकार ने आपां नूं कहा MHA ने कहता होम मिनिस्ट्री ने तो आपां कोई प्रॉब्लम नहीं मानवता के आधार पर उन्होंने छड़ देना चाहिए पर आम आदमी पार्टी पंजाब के प्रधान से धूरी विधानसभा हल्के तो आपके उम्मीदवार भगवंत मान ने अज धूरी के स्ट्रोंग रूम का दौरा किया है जिथे EVM मशीन रखी गई हैं। इस मौके भगवंत मान ने पत्रकारों के सवालों के जवाब देंदे कहा है कि जिमें किसान जो फसल बीजता है तो उसकी राखी भी करता है इस तरह आम आदमी पार्टी के वलंटियर पंजाब भर में इन्हों EVM मशीन की राखी इसलिए कर रहे हैं क्योंकि सारिया वोटा आम आदमी पार्टी दिया ही इन मशीन बंद हैं। इस मौके भगवंत मान ने आम आदमी पार्टी वालों कांग्रेस के नाल गठजोड़ से बीबी रजिंद्र कौर भट्ठल के बयान के नाल नाल भाखड़ा मैनेजमेंट से प्रोफेसर दविंदर पाल सिंह भुल्लर बारे पूछे गए सवालों के भी जवाब दिए हैं। देशभक्त कॉलेज बर्डवाल जिथे कि 7 विधानसभा हल्कों दी जिहड़ियां मशीन ने वो रखी हुई ने बड़ी सख्त सुरक्षा मैं उन्हों देखना आया सी चेक करना आया सी जिले के पुलिस के मुखी SSP साहब उन्हों का सारा अमला और इस तों अलावा जिहड़ी पैरामिलिट्री फोर्सिस ITBP बड़े BSF और जिन्हें भी आए हुए ने ते काउंटिंग सेंटर देखा जिथे मशीन रखी जाएगियाँ एजेंट बैठे हो हरेक पार्टी के ते इत्थे मलेरकोटला धूरी अमरगढ़ संगरूर सनाम दिड़वा ते लहरा ये 7 जिहड़ियां विधानसभा दी इत्थे अक्सर पहला भी इत्थे लोक सभा की गिणती भी इत्थे हुंदी है लोक सभा वेले तां 9 हुंदियां इत्थे भदौड़ ते महलकलां ते बरनाला आ जांदा अमरगढ़ क्योंकि फतेहगढ़ साहब च उधर चला जांदा। सो मैं काफ़ी सैटिस्फाइड हाँ कि क्योंकि लोगों का फतवा इत्थे अज देखना है लोगों का फतवा जिहड़ा इन्हां मशीनां दे विच पिया लोगों ने अगले 5 साल लई अपनी अपने बच्चों की अपने नौजवानों की बजुर्गों की जिहड़ी किस्मत है वो किहदे बागडोर दे थले चलूगी किहदे हाथ च देणगे वो फतवा जिहड़ा है वो मशीनां च बंद पिया ते 10 तरीक नूं नतीजे आउणगे बाकी जो भी जनता का फैसला होगा ਉਹ ਸਿਰ ਮੱਥੇ ਮਾਨ ਸਾਹਿਬ ਮਾਨ ਸਾਹਿਬ ਪੰਜਾਬ ਦੇ ਵਿੱਚ ਜਿੱਥੇ ਵੀ ਇਲੈਕਸ਼ਨ ਹੁੰਦੀ ਹੈ ਜਿੱਥੇ ਕਾਊਂਟਿੰਗ ਸੈਂਟਰ ਬਣਾਏ ਗਏ ਨੇ ਜਾਣ ਕੇ ਇੱਥੇ ਆਮ ਆਦਮੀ ਪਾਰਟੀ ਪਹਿਰਾ ਦੇ ਰਹੀ ਹੈ ਪਹਿਲੇ ਦਿਨਾਂ ਤੋਂ ਭਾਵੇਂ 2014 ਦੀ ਗੱਲ ਕੀਤੀ ਜਾਵੇ ਤਾਂ ਕਿਉਂ ਕਿਉਂਕਿ ਵੋਟਿੰਗ ਸਾਰੀਆਂ ਆਮ ਆਦਮੀ ਪਾਰਟੀ ਦੇ ਨੇ ਉਹਨਾਂ ਨੂੰ ਕਿਉਂ ਪਹਿਰਾ ਕਾਹਤੇ ਦੇਣ ਜੇ ਆਉਣਗੇ ਮਸ਼ੀਨਾਂ 'ਚ ਤਾਂ ਕੁਛ ਹੈ ਨਹੀਂ ਉਹਨਾਂ ਦਾ ਠੀਕ ਹੈ ਨਾ ਸੋ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਵਲੰਟੀਅਰ ਨੇ ਜਨੂਨੀ ਨੇ ਉਹ ਵਧੀਆ ਗੱਲ ਹੈ ਮੈਂ ਤਾਂ ਕਹਿੰਦਾ ਲੋਕਤੰਤਰ ਦੇ ਵਿੱਚ ਵੋਟ ਪਾ ਕੇ ਉਹ ਆਪਣੀ ਵੋਟ ਦੀ ਰਾਖੀ ਕਰ ਰਹੇ ਨੇ ਦੇਖੋ ਫਸਲ ਹੈ 5 ਸਾਲ ਦੀ ਫਸਲ ਹੈ ਇਹ ਆਪਾਂ ਫਸਲ ਮੰਡੀ 'ਚ ਲੈ ਕੇ ਜਾਂਦੇ ਹਾਂ ਤਾਂ ਮੰਡੀ 'ਚ ਰਾਖੀ ਕਰਦੇ ਹਾਂ ਨਾ ਆਪਾਂ ਉਹਦੀ ਸੋ ਇਹ ਮਿਹਨਤ ਦੀ ਫਸਲ ਹੈ ਉਹਨਾਂ ਦੀ ਕਿਸਮਤ ਦੀ ਫਸਲ ਹੈ ਇਹ ਅਤੇ ਵਲੰਟੀਅਰ ਹੁਣ ਜਿੰਨੇ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਜਿਹੜੇ ਨੇ ਉਹ ਉਹਨਾਂ ਦਾ ਮੈਂ ਇਸ ਗੱਲੋਂ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਮਿਹਨਤ ਕੀਤੀ ਔਰ ਆਪਣੇ ਪੱਲਿਓਂ ਮੋਟਰਸਾਈਕਲਾਂ ਕਾਰਾਂ ਟਰੈਕਟਰਾਂ 'ਚ ਤੇਲ ਪਵਾਇਆ ਅਤੇ ਉਹ ਬਾਅਦ 'ਚ ਵੋਟਾਂ ਪਾ ਕੇ ਉਹ ਆਪਣੀ ਵੋਟ ਦੀ ਰਖਵਾਲੀ ਵੀ ਕਰ ਰਹੇ ਨੇ ਇਹ ਲੋਕਤੰਤਰ ਦੇ ਵਿੱਚ ਮੇਰੇ ਖਿਆਲ 'ਚ ਇੱਕ ਬਹੁਤ ਵਧੀਆ ਗੱਲ ਹੈ ਤੇ ਇਤਿਹਾਸ 'ਚ ਲਿਖੀ ਜਾਊ ਮਤਲਬ ਭਾਖੜਾ ਬਿਆਨ ਦੀ ਗੱਲ ਕੀਤੀ ਜਾਵੇ ਤਾਂ ਇਸ ਮੁੱਦੇ ਦੇ ਉੱਪਰ ਫਿਰ ਤੋਂ ਧਰਨੇ ਪਸੰਦ ਸ਼ੁਰੂ ਹੋ ਜਾਣਗੇ ਪਰ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਆ ਦੇਖੋ ਜਦੋਂ ਡੈਮ ਸੇਫਟੀ ਬਿੱਲ ਆਇਆ ਸੀਗਾ ਅਸੀਂ ਉੱਥੇ ਵਿਰੋਧ ਕੀਤਾ ਸੀਗਾ ਠੀਕ ਹੈ ਨਾ ਇਹ ਹੌਲੀ ਹੌਲੀ ਰਾਜਾਂ ਤੋਂ ਸਾਰੇ ਅਧਿਕਾਰ ਖੋ ਰਹੇ ਨੇ ਹੈਲਥ ਐਜੂਕੇਸ਼ਨ ਹੈ ਹੁਣ ਪਾਣੀ ਤੇ ਡਾਕਾ ਮਾਰਨ ਲੱਗੇ ਨੇ ਠੀਕ ਹੈ ਨਾ ਤੇ ਇਦੋਂ ਪਹਿਲਾਂ ਉਹ ਜਿਹੜਾ BSF ਵਾਲਾ ਜਿਹੜਾ 50 ਕਿਲੋਮੀਟਰ ਰੇਂਜ ਸੋ ਕਿਤੇ ਨਾ ਕਿਤੇ ਫੈਡਰਲ ਸਟਰਕਚਰ ਨੂੰ ਕਾਫੀ ਇਹਦੇ ਨਾਲ ਢਾਲ ਲੱਗੂਗੀ ਸਰਕਾਰ ਬਣਨ ਤੋਂ ਬਾਅਦ ਅਧਿਕਾਰਿਕ ਤੌਰ 'ਤੇ ਅਸੀਂ ਸੈਂਟਰ ਨਾਲ ਗੱਲ ਕਰਾਂਗੇ ਮੈਨੂੰ ਇੱਕ ਗੱਲ ਦੀ ਹੈਰਾਨੀ ਹੈ ਕਿ ਜਿਹੜੀਆਂ ਪਾਰਟੀਆਂ ਸਾਡੀ 8 ਸਾਲ ਪੁਰਾਣੀ ਪਾਰਟੀ ਨੂੰ SYL ਪੁੱਛਦੀਆਂ ਸੀ ਉਹ ਆਪ ਕਿਉਂ ਨਹੀਂ ਬੋਲੀਆਂ ਹੁਣ ਇੱਕ 85 ਇੱਕ 120 ਸਾਲ ਪੁਰਾਣੀ ਪਾਰਟੀ ਹੈ ਇੱਕ ਜਿਹੜੀ ਹੈ ਉਹ 1885 ਦੀ ਬਣੀ ਹੋਈ ਹੈ ਇੱਕ 140 ਸਾਲ ਪੁਰਾਣੀ ਪਾਰਟੀ ਹੈ ਉਹ ਕਿਉਂ ਨਹੀਂ ਬੋਲੇ ਕਾਂਗਰਸ ਅਤੇ ਅਕਾਲੀ ਦਲ ਉਹ ਇਸ ਮੁੱਦੇ 'ਤੇ ਚੁੱਪੀ ਧਾਰ ਗਏ ਅਤੇ ਸਾਨੂੰ 8 ਸਾਲ ਪੁਰਾਣੀ ਪਾਰਟੀ ਨੂੰ ਪੁੱਛੀ ਜਾਂਦੇ ਜਿਵੇਂ ਅਸੀਂ ਬਣਾਇਆ ਹੋਵੇ ਜਿਨ੍ਹਾਂ ਨੇ ਚਾਂਦੀ ਦੇ ਕਹੀ ਨਾ
ਟੱਕ ਲਵਾਏ ਸੀਗੇ ਜਿਨ੍ਹਾਂ ਨੇ ਐਸ ਵਾਈ ਐਲ ਦੀਆਂ ਜਿਹੜੀਆਂ ਉਹਦੇ ਸਰਵੇ ਕਰਨ ਦੀਆਂ ਇਜਾਜ਼ਤਾਂ ਦਿੱਤੀਆਂ ਸੀ ਬਦਲੇ 'ਚ ਬਹੁਤ ਕੁਛ ਲਿਆ ਸੀ ਉਹ ਕਿਉਂ ਨਹੀਂ ਬੋਲਦੇ ਉਹ ਪਾਰਟੀ ਹੁਣ ਰੂਪ ਤੇ ਇਹ ਵੀ ਲਾ ਰਹੀਆਂ ਨੇ ਕਿ ਹਰ ਮੁੱਦੇ ਤੇ ਬੋਲਣ ਲਈ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਵੀ ਚੁੱਪ ਨੇ ਮੈਂ ਬੋਲਿਆ ਕੇਜਰੀਵਾਲ ਤਾਂ ਦਿੱਲੀ ਬੈਠੇ ਨੇ ਨਾਲੇ ਕਹਿੰਦੇ ਦਿੱਲੀ ਵਾਲੇ ਬੋਲਦੇ ਕਿਉਂ ਨੇ ਨਾਲੇ ਕਹਿੰਦੇ ਦਿੱਲੀ ਵਾਲੇ ਬੋਲਦੇ ਕਿਉਂ ਨਹੀਂ ਸੋ ਇਸ ਕਰਕੇ ਇਹ ਬੁਖਲਾਏ ਹੋਏ ਨੇ ਮੈਂ ਇਸ ਗੱਲ 'ਤੇ ਬੋਲਿਆ ਪਹਿਲੀ ਗੱਲ ਤਾਂ ਇਹ ਕਾਂਗਰਸ ਦੇ ਅਕਾਲੀ ਸਰਕਾਰ ਨੂੰ ਇਹ ਪੁੱਛਣਾ ਚਾਹੂੰਗਾ ਉਹਨਾਂ ਨੇ BBMP ਦੇ ਵਿੱਚ ਜਿਹੜੀਆਂ ਪੰਜਾਬ ਦੀਆਂ ਪੋਸਟਾਂ ਸੀ ਉਹ ਭਰੀਆਂ ਕਿਉਂ ਨਹੀਂ ਇਹਨਾਂ ਨਾਲ ਚਿਰ ਖਾਲੀ ਪਈਆਂ ਰਹੀਆਂ ਕਿਉਂ ਨਹੀਂ ਉੱਥੇ ਅਫਸਰ ਦਿੱਤੇ ਕਾਰਨ ਕਿਉਂਕਿ ਇਹਨੂੰ ਕਾਲਾ ਪਾਣੀ ਕਹਿੰਦੇ ਨੇ ਹਾਲਾਂਕਿ ਜਿੱਥੇ ਡਿਊਟੀ ਲੱਗਦੀ ਉਹ ਨੀਲਾ ਪਾਣੀ ਹੈ ਉੱਥੇ ਪਰ ਅਫਸਰਾਂ ਲਈ ਇਹ ਕਾਲਾ ਪਾਣੀ ਹੈ ਕਿਉਂਕਿ ਉੱਥੇ ਕੋਈ ਕਰਪਸ਼ਨ ਨਹੀਂ ਹੁੰਦੀ ਜਾ ਕੇ ਰਾਜੀ ਨਹੀਂ ਉੱਥੇ ਕੋਈ ਸੋ ਇਸ ਕਰਕੇ ਅਸੀਂ ਸਾਰੀਆਂ ਪੋਸਟਾਂ ਵੀ ਭਰਾਂਗੇ ਪੰਜਾਬ ਦੇ ਅਫਸਰ ਦੇਵਾਂਗੇ ਜਿਸ ਲੈਵਲ ਦੀਆਂ ਪੋਸਟਾਂ ਜਿਹੜੀਆਂ ਪੰਜਾਬ ਵਾਸਤੇ ਉੱਥੇ ਅਵੇਲੇਬਲ ਨੇ ਉਹ ਭਰਾਂਗੇ ਅੱਛਾ ਆਮ ਆਦਮੀ ਪਾਰਟੀ ਕਿਵੇਂ ਸੋਚਦੀ ਹੈ ਕਿਉਂਕਿ ਹਰ ਪਾਰਟੀ ਸੋਚ ਰਹੀ ਹੈ ਕਿ ਚਰਚਾਵਾਂ ਚੱਲ ਰਹੀਆਂ ਕਿ ਅਕਾਲੀ ਦਲ ਭਾਜਪਾ ਨਾਲ ਗੱਠਜੋੜ ਕਰ ਸਕਦਾ ਪਰ ਬੀਬੀ ਰਜਿੰਦਰ ਕੌਰ ਭੱਟਲ ਦਾ ਵੱਡਾ ਬਿਆਨ ਹੈ ਕਿ ਆਮ ਆਦਮੀ ਪਾਰਟੀ ਨਾਲ ਗੱਠਜੋੜ ਬਣਾ ਕੇ ਸਰਕਾਰ ਬਣਾ ਲੈਣਗੇ ਜੇਕਰ ਊਚ ਨੀਚ ਹੁੰਦੀ ਹੈ ਕਿਤੇ ਕਾਹਦੀ ਊਚ ਨੀਚ ਇਹ ਤਾਂ ਬੀਬੀ ਭੱਟਲ ਜਾਂ ਤੁਸੀਂ ਦੱਸ ਸਕਦੇ 80 ਤੋਂ ਉੱਪਰ ਸੀਟਾਂ ਆ ਰਹੀਆਂ ਨੇ ਉਹ ਆਪਸ 'ਚ ਵੈਸੇ ਗੱਠਜੋੜ ਕਰ ਲੈਣ ਇੱਕ ਦੂਜੇ ਦੇ ਵਿਆਹਾਂ ਸ਼ਾਦੀਆਂ 'ਤੇ ਦੁੱਖ ਸੁੱਖ ਜਾਇਆ ਕਰ ਕਰਨਾਟਕ ਗੌਰਮੈਂਟ ਨੇ ਜੀ ਪੱਗ 'ਤੇ ਬਿਆਨ ਲਾਇਆ ਤੁਸੀਂ ਸੈਂਟਰ 'ਚ ਵੀ ਬੋਲਿਓ ਤੇ ਮੈਂ ਤਾਂ ਬੋਲਦਾ ਰਹਿੰਦਾ ਜੀ ਮੈਂ ਤਾਂ ਬੋਲਦਾ ਰਹਿੰਦਾ ਇਸ ਤਰ੍ਹਾਂ ਦੇ ਕਹਿੰਦੇ ਹੀ ਚਾਹੀਦਾ ਵਧੀਆ ਚੱਲ ਰਿਹਾ ਜੀ ਭਾਜਪਾ ਦਾ ਉਹ ਤਾਂ ਇਹ ਅੱਜ ਚੱਲ ਰਿਹਾ ਅਸੀਂ ਤਾਂ ਕਦੋਂ ਤੋਂ ਕਹਿ ਰਹੇ ਹਾਂ ਕਿ ਦੇਸ਼ ਦੇ ਵਿੱਚ ਵਾਰ ਵਾਰ ਲੱਗ ਰਿਹਾ ਕੇਜਰੀਵਾਲ ਦੇ ਆਰੋਪ ਵੀ ਦਵਿੰਦਰ ਪਾਲ ਜੀ ਰਹਿ ਹੀ ਨਹੀਂ ਹੁੰਦੇ ਰਹੇ ਦੇਖੋ ਗੱਲ ਇਹ ਹੈ ਉਹਦੇ 'ਚ ਨਾ ਜਿਹੜਾ ਬੋਰਡ ਹੈ ਜਿਹੜਾ ਰਿਹਾਈ ਵਾਲਾ ਜਿਹੜਾ ਕੈਦੀਆਂ ਦੀ ਜਿਹੜਾ ਬੋਰਡ ਹੈ ਸਮੀਖਿਆ ਬੋਰਡ ਉਹਦੇ ਵਿੱਚ ਦੋ ਜੱਜ ਨੇ ਦਿੱਲੀ ਦਾ ਪੁਲਿਸ ਕਮਿਸ਼ਨਰ ਹੈ ਅਤੇ ਇੱਕ ਚੀਫ ਸੈਕਟਰੀ ਹੈ ਦਿੱਲੀ ਦਾ ਹੋਮ ਮਿਨਿਸਟਰ ਸਤਿੰਦਰ ਜੈਨ ਉਹਦੇ ਵਿੱਚ ਉਸ ਕਮੇਟੀ 'ਚ ਹੈ ਜਦੋਂ 2 ਮਾਰਚ ਨੂੰ ਮੀਟਿੰਗ ਹੋਈ ਸਤਿੰਦਰ ਜੈਨ ਨੇ ਕਿਹਾ ਜੀ ਸੈਂਟਰ ਸਰਕਾਰ ਨੇ ਆਪਾਂ ਨੂੰ ਕਿਹਾ MHA ਨੇ ਕਹਿ ਤਾ ਹੋਮ ਮਿਨਿਸਟਰੀ ਨੇ ਤਾਂ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਮਾਨਵਤਾ ਦੇ ਆਧਾਰ 'ਤੇ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਪਰ ਜਿਹੜੇ ਦੋਨੋਂ ਜੱਜ ਸੀ ਜਿਹੜੇ ਕਿ ਸੈਂਟਰ ਗੌਰਮੈਂਟ ਵੱਲੋਂ ਅਪੁਆਇੰਟਡ ਨੇ ਅਤੇ ਦਿੱਲੀ ਦਾ ਪੁਲਿਸ ਕਮਿਸ਼ਨਰ ਉਹ ਕਹਿੰਦੇ ਨਹੀਂ ਇਹ ਤਾਂ ਬਹੁਤ ਖਤਰਨਾਕ ਹੈ ਅਤੇ ਇਹਦੇ 'ਚ ਕਸੂਰ ਕੀਦਾ ਫਿਰ ਸਾਡੇ ਵੱਲੋਂ ਕੋਈ ਪ੍ਰੋਬਲਮ ਨਹੀਂ ਆਏ ਅੱਜ ਬੁਲਾ ਲਓ ਦੁਬਾਰਾ ਰਿਵਿਊ ਮੀਟਿੰਗ ਹੈ ਦਿੱਲੀ ਸਰਕਾਰ ਦਾ ਪੱਖ ਇਹ ਹੈ ਉਹੀ ਮਨਜਿੰਦਰ ਸਿਰਸਾ ਜਿਹੜਾ ਇੱਕ ਦਿਨ ਪਹਿਲਾਂ ਕਹਿੰਦਾ ਸੀ ਐਂ ਹੋ ਜੂ ਅਗਲੇ ਦਿਨ ਗਾਲਾ ਕੱਢਣ ਲੱਗ ਗਿਆ ਮਨਜਿੰਦਰ ਸਿਰਸਾ ਜੀ ਨੂੰ ਮੈਂ ਕਹਿਣਾ ਚਾਹੁੰਦਾ ਕਿਰਪਾ ਕਰਕੇ ਅਮਿਤ ਸ਼ਾਹ ਜੀ ਨਾਲ ਗੱਲ ਕਰਕੇ ਉਹਨਾਂ ਅਫਸਰਾਂ ਨੂੰ ਮਨਾ ਲਓ ਤਾਂ ਕਿ ਮਾਨਵਤਾ ਦੇ ਆਧਾਰ 'ਤੇ ਜਿਹੜਾ ਉਹ ਉਹਨਾਂ ਦੀ ਰਿਹਾਈ ਹੋ ਸਕੇ ਮਤਲਬ ਲਾਸਟ ਦੇ ਵਿੱਚ ਤੁਸੀਂ ਜਿਹੜੇ ਯੂਕਰੇਨ ਦੇ ਵਿੱਚ ਫਸੇ ਨੇ ਤੁਹਾਡੇ ਨਾਲ ਸੰਪਰਕ ਕੀਤਾ ਗਿਆ ਸੀ ਪਰ ਜ਼ਿਆਦਾਤਰ ਵਿਦਿਆਰਥੀ ਜਦੋਂ ਹੁਣ ਬਾਹਰ ਵਾਪਸ ਆ ਰਹੇ ਨੇ ਤਾਂ ਆਰੋਪ ਲਗਾ ਰਹੇ ਨੇ ਕਿ ਭਾਰਤ ਸਰਕਾਰ ਨੇ ਕੋਈ ਮਦਦ ਨਹੀਂ ਕਰੀ ਤਾਂ ਹੁਣ ਤੱਕ ਤੁਹਾਡੇ ਸੰਪਰਕ ਦੇਖੋ ਮੈਂ ਤਾਂ ਇਹ ਕਰ ਸਕਦਾ ਮੈਂ ਹਰ ਰੋਜ਼ ਜਿੰਨੇ ਮੇਰੇ ਕੋਲ ਪਾਸਪੋਰਟ ਆਉਂਦੇ ਨੇ ਮੈਂ ਉੱਥੇ ਵਿਦੇਸ਼ ਮੰਤਰਾਲੇ 'ਚ ਭੇਜ ਦਿੰਦਾ ਸੰਪਰਕ ਵੀ ਹੁੰਦੇ ਨੇ ਉਹਨਾਂ ਨਾਲ ਆ ਵੀ ਰਹੇ ਨੇ ਪਰ ਜਿਸ ਤਰੀਕੇ ਨਾਲ ਮਤਲਬ ਕੱਢੇ ਜਾ ਰਹੇ ਨੇ ਕਿ ਤੁਸੀਂ 20,000 ਬੰਦਾ 250 ਇੱਕ ਦੇ ਵਿੱਚ ਇੱਕ ਪਲੇਨ 'ਚ 250 ਆਉਂਦਾ ਤੁਸੀਂ ਹਰ ਰੋਜ਼ 2-3 ਫਲਾਈਟਾਂ ਕਿਉਂ ਜਾਂਦੀਆਂ ਨੇ ਠੀਕ ਹੈ ਨਾ ਅਤੇ ਨਾਲੇ ਇਹਨੂੰ ਤੁਸੀਂ ਇਹ ਕਿਉਂ ਕਹਿੰਦੇ ਹੋ ਕਿ ਅਸੀਂ ਉਹਨਾਂ ਨੂੰ ਕੱਢ ਲਿਆਂਦਾ ਤੁਸੀਂ ਤਾਂ ਇਹ ਕਹਿ ਰਹੇ ਹੋ ਕਿ ਤੁਰ ਕੇ ਉੱਥੇ ਆ ਜਾਓ 1400 ਕਿਲੋਮੀਟਰ ਉੱਥੋਂ ਤੁਹਾਨੂੰ ਲੈ ਜਾਣਗੇ ਉਹ ਜੇ ਉੱਥੇ ਤੱਕ ਆ ਹੀ ਗਏ ਉਹ ਤਾਂ ਫਿਰ ਕੋਈ ਵੀ ਫਲਾਈਟ ਲੈ ਕੇ ਆ ਜਾਣਗੇ ਤੁਸੀਂ ਲੈ ਕੇ ਆਉਣ ਦਾ ਪ੍ਰਬੰਧ ਕਰੋ ਨਾ ਉੱਥੋਂ ਉਹਨਾਂ ਨੂੰ ਉਹ 1200-1200 ਕਿਲੋਮੀਟਰ ਪੈਦਲ ਚੱਲ ਰਹੇ ਨੇ ਠੀਕ ਹੈ ਨਾ ਕਦੇ ਟੈਕਸੀਆਂ 'ਚ ਗੱਡੀਆਂ 'ਚ ਨਹੀਂ ਚੜ੍ਹਨ ਦਿੱਤੇ ਜਾਂਦੇ ਸੋ ਜੇ ਕੱਢਣੇ ਨੇ ਤਾਂ ਜਿਵੇਂ ਬਾਹਰਲੇ ਮੁਲਕਾਂ ਵਾਲੇ ਹੋਰ ਮੁਲਕਾਂ ਵਾਲੇ ਲੈ ਕੇ ਗਏ ਨੇ ਨਾ ਉਸ ਤਰ੍ਹਾਂ ਇੱਜ਼ਤ ਨਾਲ ਉਹਨਾਂ ਨੂੰ ਲੈ ਕੇ ਆਓ ਨਾ ਕਿ ਭਟਾਲ ਕਲਾਂ ਦਾ ਮੁੰਡਾ ਜਿਹੜਾ ਉੱਥੇ ਫਸਿਆ ਜਿਹੜਾ 800 ਕਿਲੋਮੀਟਰ ਪੈਦਲ ਚੱਲ ਰਿਹਾ ਕਿ 1,00,000 ਰੁਪਇਆ ਤਾਂ ਬਾਰਡਰ ਤੱਕ ਜਾਣ ਦੀ ਡੇਢ ਟੈਕਸੀ ਫਿਰ ਉਹਦੀ ਹੈਲਪ ਕੀ ਨਹੀਂ ਕੀਤੀ ਹੈ ਭਾਰਤ ਸਰਕਾਰ ਕਿਵੇਂ ਕਹਿੰਦੀ ਅਸੀਂ ਕੱਢ ਲਿਆ ਉਹ ਤਾਂ ਆਪ ਆ ਰਿਹਾ ਜਦੋਂ ਪੋਲੈਂਡ 'ਚ ਹੰਗਰੀ 'ਚ ਜਾਂ ਰੋਮਾਨੀਆ 'ਚ ਆ ਕੇ ਫਿਰ ਤਾਂ ਜਿਹੜੀ ਮਰਜ਼ੀ ਫਲਾਈਟ ਮਿਲ ਜੂਗੀ ਸਾਨੂੰ ਬਲਕ ਦੇ ਵਿੱਚ ਇੱਕ ਦਿਨ 'ਚ ਘੱਟੋ ਘੱਟ 50-60 ਫਲਾਈਟਾਂ ਆਉਣ ਤਾਂ ਅਸੀਂ ਆਪਣੇ ਬੱਚਿਆਂ ਨੂੰ ਕੱਢ ਸਕਦੇ ਤਾਂ ਦੱਸ ਦਈਏ ਕਿ ਪੰਜਾਬ 'ਚ 20 ਫਰਵਰੀ ਨੂੰ ਹੋਈਆਂ ਵੋਟਾਂ ਤੋਂ ਬਾਅਦ ਹੁਣ 10 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਣ ਜਾ ਰਹੀ ਹੈ ਜਿਸ ਤੋਂ ਪਹਿਲਾਂ ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਸਰਗਰਮ ਹੁੰਦੇ ਵਿਖਾਈ ਦੇਣ ਲੱਗੇ ਹਨ ਨਿਊਜ਼ ਡੈਸਕ ਤੋਂ ਡਾਕਟਰ ਜਿੰਦਰ ਸਿੰਘ ਦੇ ਨਾਲ ਸੰਗਰੂਰ ਤੋਂ ਮਨੋਜ ਮਹਿਤਾ ਦੀ ਰਿਪੋਰਟ 5 ਅਪ ਟੂਡੇਟ